ਇਹ ਕੋਈ ਦਰਿਆ ਜਾਂ ਨਹਿਰ ਨਹੀਂ ਬਲਕਿ ਸਾਡੇ ਪਿੰਡ ਦਾ ਉਹ ਛੱਪੜ ਏ ਜਿਸ ਦੇ ਉਸ ਪਾਰਲੇ ਕੰਢੇ ਕੰਢੇ ਤੁਰ ਕੇ ਅਸੀਂ ਸਕੂਲ ਜਾਂਦੇ ਹੁੰਦੇ ਸੀ। ਸਾਡਾ ਘਰ ਪਿੰਡੋਂ 2 ਮੀਲ ਦੇ ਪੰਨ 'ਤੇ ਖੇਤਾਂ ਵਿੱਚ ਸੀ ਜਿੱਥੋਂ ਪੈਰੀਂ ਤੁਰ ਕੇ ਅਸੀਂ ਸਕੂਲ ਆਉਣਾ ਹੁੰਦਾ ਸੀ। ਤਦ ਛੱਪੜ ਦੇ ਸਾਫ਼ ਪਾਣੀ ਵਿੱਚ ਪਿੰਡ ਦੇ ਮੁੰਡਿਆਂ ਨੂੰ ਤਾਰੀਆਂ ਲਾਉਂਦਿਆਂ ਅਤੇ ਮੱਝਾਂ ਨੂੰ ਕਈ ਕਈ ਘੰਟੇ ਆਪਣੀ ਚਮੜੀ ਠੰਡੀ ਕਰਦਿਆਂ ਵੀ ਵੇਖਿਆ ਅਤੇ ਛੱਪੜ ਕੰਢੇ ਦੇ ਰੱਕੜੇ ਨੂੰ ਖੇਡਾਂ ਦੇ ਮੈਦਾਨ ਤੌਰ ਵਰਤੀਂਦਿਆਂ ਵੀ। ਫਿਰ 1995 ਵਿੱਚ 10ਵੀਂ ਪਾਸ ਕਰਨ ਮਗਰੋਂ ਜਿੱਥੇ ਸਾਡੀਆਂ ਰਾਹਾਂ ਬਦਲ ਗਈਆਂ ਉੱਥੇ ਛੱਪੜ ਦਾ ਮੂੰਹ ਮੁਹਾਂਦਰਾ ਵੀ ਉਹ ਨਾ ਰਿਹਾ। ਬਾਰਿਸ਼ ਦੇ ਸਾਫ਼ ਪਾਣੀ ਦੀ ਥਾਂ ਘਰਾਂ ਦੇ ਗੰਦੇ ਪਾਣੀ ਨੇ ਲੈ ਲਈ ਅਤੇ ਹੌਲੀ ਹੌਲੀ ਕ੍ਰਿਕਟ, ਗੁੱਲੀ ਡੰਡੇ ਅਤੇ ਖੁਦੋਂ ਖੂੰਡੀ ਦਾ ਮੈਦਾਨ ਰੱਕੜਾ ਵੀ ਪਾਣੀ ਥੱਲੇ ਨੱਪਿਆ ਗਿਆ। ਡੱਡੂਆਂ ਕੁੰਮਿਆਂ ਦਾ ਤਾਂ ਪਤਾ ਨਹੀਂ, ਪਰ ਨਾ ਹੁਣ ਇਸ ਪਾਣੀ ਵਿੱਚ ਮੱਝਾਂ ਨਹਾਉਂਦੀਆਂ ਨੇ ਅਤੇ ਨਾ ਪਿੰਡ ਦੇ ਮੁੰਡੇ।